ਕੈਬਨਟ ਮਿਨਿਸਟਰ ਗੁਰਪ੍ਰੀਤ ਕੰਗੜ ਨੇ ਜਿਹੜਾ ਨਵਾਂ ਡਿਪਾਰਟਮੈਂਟ ਜਿਹੜਾ ਹੈ ਰੈਵਨਿਊ ਉਹਦਾ ਚਾਰਜ ਲਿਆ ਲੇਕਿਨ ਇੱਕ ਡਿਪਾਰਟਮੈਂਟ ਹੋ ਰਿਹਾ ਕੋ ਡਿਜ਼ਾਸਟਰ ਔਰ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਡਿਜ਼ਾਸਟਰ ਹੋਇਆ ਹੈ ਹਰ ਪੰਜਾਬੀ ਦੀ ਅੱਖ ਹੈ ਉਹ ਹੈ ਫਤਿਹਵੀਰ ਅਸੀਂ ਗੱਲ ਕਰਾਂਗੇ ਪਹਿਲੇ ਉਹਨਾਂ ਦੀ ਫਿਰ ਪ੍ਰਾਇੋਰਟੀਜ਼ ਦੀ ਗੱਲ ਕਰਾਂਗੇ ਰੈਵਨਿਊ ਬਾਰੇ ਮਨਿਸਟਰ ਸਾਹਿਬ ਅੱਜ ਪੰਜਾਬ ਦੇ ਵਿੱਚ ਹਰ ਹਰ ਬੰਦਾ ਜਿਹੜਾ ਫਤਿਹਵੀਰ ਦੀ ਗੱਲ ਕਰ ਰਿਹਾ ਅੱਜ ਦਾ ਸਨਮ ਦਿਨ ਵੀ ਹੈ ਔਰ ਇਦਾਂ ਦਾ ਵੀ ਕੁਝ ਨਜ਼ਾਰਾ ਹੈ ਜਿਸ ਤਰ੍ਹਾਂ ਦੀ ਸਰਕਾਰ ਨੂੰ ਅਰਜੈਂਸੀ ਦਿਖਾਣੀ ਚਾਹੀਦੀ ਹੈ ਇਸ ਪੂਰੇ ਇਸ਼ੂ ਤੇ ਲੈ ਕਿਤੇ ਕਿ ਜੋ ਅੱਜ ਫਤੇ ਦੀਪ ਦੀ ਜੋ ਘਟਨਾ ਉਥੇ ਪਰਿਵਾਰ ਨਾਲ ਵਾਪਰੀ ਹੈ ਬਹੁਤ ਹੀ ਦੁਖਦਈ ਹੈ ਅੱਜ ਹਰੇਕ ਇਨਸਾਨ ਜਿਹੜਾ ਵੀ ਉਸ ਨਾਲ ਜੁੜਿਆ ਹੋਇਆ ਹੈ ਉਸ ਖਬਰ ਨਾਲ ਜੁੜਿਆ ਹੈ ਉਸ ਪਰਿਵਾਰ ਦੇ ਬੱਚੇ ਨਾਲ ਜੁੜਿਆ ਹੋਇਆ ਉਹ ਪ੍ਰਮਾਤਮਾ ਮੁਰੇ ਅਰਦਾਸ ਕਰ ਰਿਹਾ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਬੱਚਾ ਉਸ ਪਰਿਵਾਰ ਚ ਪੈਦਾ ਹੋਇਆ ਸੀ ਤੇ ਪ੍ਰਮਾਤਮਾ ਸੱਚਾ ਪਾਤਸ਼ਾਹ ਜੀ ਪੰਜ ਦਿਨ ਹੋ ਗਏ ਉਹ ਆਪਦੀ ਜੁੜੀ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ ਉਹਨੂੰ ਅੱਜ ਉਹਦਾ ਜਨਮ ਦਿਨ ਵੀ ਹੈ ਅਸੀਂ ਸਰਕਾਰ ਵੱਲੋਂ ਇਹੀ ਬੇਨਤੀ ਕਰਦੇ ਹਾਂ ਪ੍ਰਮਾਤਮਾ ਵਾਹਿਗੁਰੂ ਨੇ ਉਹ ਖੁਸ਼ੀ-ਖੁਸ਼ੀ ਅੱਜ ਜਲਦੀ ਆਪਣੇ ਮਾਪਿਆਂ ਦੇ ਆਪਣੀ ਗੋਦ ਦੇ ਵਿੱਚ ਆ ਕੇ ਉਹ ਆਪਣਾ ਜਨਮ ਦਿਨ ਮਨਾਵੇ ਇਹ ਅਸੀਂ ਦਿਲੋਂ ਮੈਂ ਆਪਣੇ ਵੱਲੋਂ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਹਾਂ ਡਿਜ਼ਾਸਟਰ ਮੈਨੇਜਮੈਂਟ ਮਹਿਕਮਾ ਤੁਹਾਡੇ ਕੋਈ ਰਿਵਿਊ ਆਇਆ ਤੁਹਾਡੇ ਕੋਲ ਹੁਣ ਸਿਚੁਏਸ਼ਨ ਕੀ ਹੈ ਐਗਜ਼ੈਕਟ ਦੇਖੋ ਮੇਰੀ ਅਪਡੇਟ ਮੈਂ ਥੋੜੇ ਸਮੇਂ ਬਾਅਦ ਟੈਲੀਫੋਨ ਤੇ ਗੱਲ ਕਰ ਰਿਹਾ ਹਾਂ ਮੇਰੇ ਸਾਡੇ ਕੈਬਨਟ ਵਜ਼ੀਰ ਬਜੰਦਰ ਸਿੰਘ ਰਾਜੀ ਉੱਥੇ ਬੈਠੇ ਨੇ ਮੇਰੀ ਸਵੇਰ 6 ਵਜੇ ਗੱਲ ਹੋਈ ਤੇ 8 ਵਜੇ ਗੱਲ ਹੋਈ ਉੱਥੇ ਮੋਕੇ ਤੇ ਖੜੇ ਸੀ ਮੈਨੂੰ ਪੁੱਛ ਰਿਹਾ ਸੀ ਵੀ ਕੀ ਪੀਸ਼ਨ ਹੈ ਉਹ ਕਹਿੰਦੇ ਵੀ ਥੋੜਾ ਜਿਹਾ ਇੱਕ ਫਾਲਟ ਪੈ ਗਿਆ ਜੋ ਜਿਹੜੀ ਪਾਈਪ ਸੀ ਉਹ ਥੋੜੀ ਟੇਢੀ ਹੋ ਗਈ ਸੀ ਪਰ ਹੁਣ ਉਹ ਮੈਨੂੰ ਦੱਸ ਰਿਹਾ ਸੀ ਵੀ ਫੇਰ ਕੰਮ ਸ਼ੁਰੂ ਕੀਤਾ ਹੈ ਜਲਦੀ ਆਸ ਹੈ ਮੈਂ ਉਹਨੂੰ ਪੁੱਛਿਆ ਵੀ ਗਿਆ ਸੀ ਵੀ ਬੱਚੇ ਦੀ ਮੂਵਮੈਂਟ ਕਿਵੇਂ ਹੈ ਉਹ ਕਹਿੰਦਾ ਵੀ ਵੇਖੋ ਡਾਕਟਰ ਕਹਿ ਰਹੇ ਨੇ ਵੀ ਹਾਲ ਜਿਹੜੇ ਉਹਨਾਂ ਦੇ ਜਿਹੜੀ ਸਾਹ ਹੈ ਉਹ ਚੱਲ ਰਿਹਾ ਤੇ ਉਹ ਉਹ ਸਰੀਰ ਉਹਨਾਂ ਦਾ ਕਹਿੰਦੇ ਹੋ ਸਕਦਾ ਵੀ ਉਹ ਬਿਲਕੁਲ ਸਨ ਹੋਵੇ ਪਰ ਬਹੁਤੇ ਚਾਂਸ ਪੋਜ਼ਿਟਿਵ ਦੇ ਹੈ ਇਸ ਕਰਕੇ ਮੈਂ ਉਹਨਾਂ ਨਾਲ ਬਹੁਤ ਥੋੜੇ ਥੋੜੇ ਸਮੇਂ ਬਾਅਦ ਉਹਨਾਂ ਨਾਲ ਮੇਰੀ ਟੈਲੀਫੋਨ ਤੇ ਰਾਬਤਾ ਉਹ ਕਾਇਮ ਹੈ ਉਹ ਮੈਨੂੰ ਉੱਥੋਂ ਸਾਰੀ ਅਪਡੇਟ ਕਰ ਰਹੇ ਨੇ ਤੇ ਜੋ ਸਰਕਾਰ ਦੀ ਮਤਲਬ ਉਸ ਸਬੰਧ ਵਿੱਚ ਕੰਮ ਕਰਨ ਦੀ ਕੋਈ ਜਾਂ ਕੋਈ ਉੱਤੇ ਪ੍ਰਸ਼ਾਸਨ ਪ੍ਰਤੀ ਉਸ ਦਿਨ ਤੋਂ ਸਾਡਾ ਲਗਾਤਾਰ ਪ੍ਰਸ਼ਾਸਨ ਉੱਤੇ ਬੈਠਾ ਹੈ ਸਾਡੀਆਂ ਮੈਡੀਕਲ ਦੀਆਂ ਟੀਮਾਂ ਉੱਤੇ ਬੈਠੀਆਂ ਨੇ ਸਾਡੇ ਜੋ ਹਸਪੀਟਲ ਨੇ ਸੰਗਰੂਰ ਸਪੈਸ਼ਲ ਹੋ ਉਸ ਕ ਬੱਚੇ ਵਾਸਤੇ ਅਸੀਂ ਜੋ ਵੀ ਉੱਥੇ ਸਹੂਲਤ ਜੋ ਉਹਨੂੰ ਜਦੋਂ ਬਾਹਰ ਆਊਗਾ ਜੋਵੇਂ ਜਿਵੇਂ ਉਹਦਾ ਟ੍ਰੀਟਮੈਂਟ ਹੋਊ ਡੀ ਐਮ ਸੀ ਵਗੈਰਾ ਪੀ ਜੀ ਅਸੀਂ ਅਲਰਟ ਕਰ ਚੁੱਕੇ ਹਾਂ ਔਰ ਸਾਰੀ ਸਹੂਲਤ ਪੰਜਾਬ ਸਰਕਾਰ ਵੱਲੋਂ ਉਥੇ। ਭਵਾਨਿਸਤਾਂਮ ਜਿੱਨੀ ਆਪਾਂ ਗੱਲ ਕਰਦੇ ਆਂ ਡਿਜੀਟਲ ਇੰਡੀਆ ਦੀ ਗੱਲ ਕਰੀਏ ਜਾਂ ਮਾਡਰਨ 에ਜ ਟੈਕਨੋਲੋਜੀਜ਼ ਦੀ ਗੱਲ ਕਰੀਏ। ਜੇ ਆਪਾਂ ਟੈਲੀਵਿਜ਼ਨ ਦੇਖੀਏ ਜੋ ਚੀਜ਼ਾਂ ਉਥੇ ਲਾਈਵ ਪਿਕਚਰਜ਼ ਉਹੀ ਤੁਸੀਂ ਦੇਖ ਰਹੇ ਹੋਹੀ ਅਸੀਂ ਦੇਖ ਰਹੇ ਆਂ। ਬਟ ਆਰਥੋਡੈਕਸ ਜੋ ਪ੍ਰੋਸੀਜਰ ਆ ਵੀ ਹੱਥਾਂ ਨਾਲ ਮੈਨੂਅਲੀ ਪੁੱਟੀ ਜਾ ਰਹੀ ਹੈ ਮਿੱਟੀ। ਤਾਂ ਲੱਗਦੀ ਟਾਈਮ ਘੰਟਾ ਇੱਕ ਇੱਕ ਘੰਟਾ ਜਿਹੜਾ ਬੜਾ ਇਸ ਵੇਲੇ ਐਕਸਪੈਂਸਿਵ ਹੁੰਦਾ ਤੇ ਇਹਨੂੰ 5 ਦਿਨ ਹੋ ਗਏ ਆ। ਜ਼ਿਆਦਾ ਕੋਈ ਟੈਕਨੋਲੋਜੀਕਲ ਸਪੋਰਟ ਲੈਣੀ ਚਾਹੀਦੀ ਸੀ ਰਾਦਰਦਨ ਔਰ ਟੈਕਨੀਕਲ ਵਿੱਚ ਉਹ ਦਾ ਪਕੈਸਦੇ ਆ ਠੀਕ ਆ ਤੁਹਾਡੀ ਗੱਲ ਸਮਝਦੇ ਆ ਬਹੁਤ ਗਾਹਾਂ ਸੇ ਐਡਵਾਂਸ ਹੋ ਚੁੱਕੇ ਆ ਜੋ ਥੱਲੇ ਪਿੱਛੇ ਸਮੇਂ ਵੀ ਜਦੋਂ ਕਈ ਇਹ ਜੇ ਇਨਸੀਡੈਂਸ ਵਾਪਰੇ ਨੇ ਬੜਾ ਕਾਫੀ ਟਾਈਮ ਲੱਗ ਜਾਂਦਾ ਇਹ ਹਾਇਰ ਲੈਵਲ ਤੇ ਜੋ ਸੈਂਟਰ ਗਵਰਨਮੈਂਟ ਹੈ ਜਾਂ ਸਾਡੇ ਹੋਰ ਵੀ ਇਸ ਨਾਲ ਤਾਲੁਕਤ ਰੱਖਣ ਵਾਲੇ ਮਹਿਕਮੇ ਨਾਲ ਕੋਈ ਨਵੀਂ ਟੈਕਨੀਕ ਲੈ ਕੇ ਆਉਣਾ ਚਾਹੀਦਾ ਜੋ ਜਲਦੀ ਇਹ ਜੀ ਜੋ ਆਫਤਾ ਜਾਂਦੀ ਹੈ ਜੋ ਸੰਕਟ ਆ ਜਾਂਦਾ ਉਹ ਜਲਦੀ ਹਲਕ ਹੋ ਸਕੇ ਹੋਣਾ ਚਾਹੀਦਾ ਜਰੂਰ ਹੋਣਾ ਚਾਹੀਦਾ ਲੋਕਾਂ ਨੇ ਪੇਸ਼ੈਂਸ ਉੱਤੇ ਹੁਣ ਟੈਸਟ ਹੋ ਗਿਆ ਸਰਕਾਰ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਨਾਰੇਬਾਜੀ ਹੋ ਰਹੀ ਹੈ ਕਿਤਨੇ ਕਿਤੇ ਡਿਲੇ ਤੇ ਜ਼ਰੂਰ ਰਿਹਾ ਸਰ ਹਰ ਬੰਦਾ ਇਹ ਗੱਲ ਕਰ ਰਿਹਾ ਵੀ ਸਰਕਾਰ ਨੇ ਉਸ ਲੈਵਲ ਦੀ ਅਰਜੈਂਸੀ ਨਹੀਂ ਦਿਖਾਈ ਹੈ ਦੇਖੋ ਇਹ ਜਿਹੜੀ ਘਟਨਾ ਹੈ ਇਹ ਬਹੁਤ ਮਤਲਬ ਮੈਂ ਕਹਿ ਸਕਦਾ ਇਹੋ ਜੀ ਘਟਨਾ ਬਹੁਤ ਘਟ ਹੁੰਦੀ ਹੈ ਔਰ ਘਟਨਾ ਵੀ ਇਸ ਤਰੀਕੇ ਦੀ ਹੈ ਵੀ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਇੱਥੇ ਜਿਹੜੇ ਨਵੇਂ ਤੋਂ ਨਵੇਂ ਲੇਟੈਸਟ ਟੈਕਨੀਕ ਟੈਕਨੀਸ਼ੀਅਨ ਵੀ ਜਿਹੜੋ ਫੇਲ ਹੋ ਸਕਦੇ ਆ ਕਿਉਂ ਵੇਖੋ ਧਰਤੀ ਹੈ ਧਰਤੀ ਦਾ ਕਿਸੇ ਨੇ ਮਿਣਤੀ ਗਿਣਤੀ ਨਹੀਂ ਕੀਤੀ ਕੀ ਸਮੁੰਦਰ ਹੈ ਸਮੁੰਦਰ ਜੋ ਸਾਨੂੰ ਬੇਸ਼ੱਕ ਦੀ ਸਮੁੰਦਰ ਦਾ ਸਾਰਾ ਕੁਝ ਅਸੀਂ ਵੇਖ ਚੁੱਕੇ ਆ ਪਰ ਅਸੀਂ ਕਈ ਵਾਰੀ ਉੱਥੇ ਵੀ ਫੇਲ ਹੋ ਜਾਂਦੇ ਆ ਧਰਤੀ ਦਾ ਤਾਂ ਸਿਸਟਮ ਨੂੰ ਪਤਾ ਮਿੱਟੀ ਆ ਮਿੱਟੀ ਦੇ ਵਿੱਚ ਆਸੇ-ਪਾਸੇ ਕੀ ਪਤਾ ਕਿੰਨੀਆਂ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੇ ਵੀ ਦੱਸਿਆ ਬڑا ਵਿਆਖਿਆ ਸਹਿਤ ਦੱਸਦਾ ਹੈ ਵੀ ਇਸ ਧਰਤੀ ਦਾ ਅਪਤਾਲ ਦਾ ਕੋਈ ਪਤਾ ਨਹੀਂ ਕਿੱਥੇ ਹੈ ਜਿਵੇਂ ਉਹ ਅਸੀਂ ਬੋਰ ਕਰਦੇ ਹਾਂ ਕਿਵੇਂ ਉਸ ਬੋਰ ਨੂੰ ਅਸੀਂ ਧਰਤੀ ਦੇ ਵਿੱਚ ਕਿਵੇਂ ਉਤੋਂ ਬਹੁਤ ਤਾਕਤ ਨਾਲ ਥੱਲੇ ਦਿੰਨੇ ਆ ਫਿਰ ਉੱਥੋਂ ਪਾਣੀ ਨਿਕਲਦਾ ਇਹ ਵੇਖੋ ਇਹ ਤਾਂ ਹੈ ਨਹੀਂ ਵੀ ਧਰਤੀ ਇੱਕਲਾ ਕੱਟ ਵੱਟ ਕੇ ਉਹਨੂੰ ਬਾਹਰ ਕੱਢਿਆ ਜਾਊਗਾ ਇਹਦੀ ਜਿਹੜੀ ਮਤਲਬ ਜੋ ਇਹਦਾ ਹੱਲ ਹੈ ਬੜੇ ਔਖੇ ਤਰੀਕੇ ਨਾਲ ਲੱਭ ਸਕਾਂਗੇ ਮੇਰੇ ਖਿਆਲ ਚ ਹਾਲ ਤੱਕ ਕੋਈ ਕਿਸੇ ਮੇਰੇ ਖਿਆਲ ਚ ਬਾਹਰ कनाडा अमेरिका देश जेड़े साथे 100 साल एडवांस है उन्हा कोले भी एही जी कोई मतलब टेक्निक नहीं जो जल्दी हल कर लेण चाइना ने सर एक रीसेंट इजिलेट हुआ सी 300 फुट चो बच्चा जेड़ा दो घंटे च लिया सिगा वो एक जेनु किने एग्जाम्पल सेट कीता सी मतलब इना ज्यादा हुन इंडिया बड़ा मॉडर्न एज च है पर कई कई नेबरिंग नेशन तो कितों भी सपोर्ट लेई जा सकती भले ह्यूमन लाइफ बड़ी तो इंपॉर्टेंट हुंदी है बिल्कुल मैं समझदा जे चाइना ने ਇਮ ਇਹ ਇਹ ਜੀ ਜੇ ਤੁਸੀਂ ਬੱਚੇ ਦੀ ਗੱਲ ਕਰਦੇ ਜੇ ਉੱਤੇ ਜਲਦੀ ਕਢ ਲਿਆ ਸੀ ਫਿਰ ਸਾਨੂੰ ਸਾਡੇ ਸੈਂਟਰ ਨੂੰ ਵੀ ਸਾਡੀ ਸਟੇਟ ਨੂੰ ਵੀ ਉਸ ਤੇ ਗੱਲ ਕਰਕੇ ਉਸ ਤੇ ਅਮਲ ਕਰਨਾ ਚਾਹੀਦਾ ਇੱਕ ਆਪੋਨੈਂਟਸ ਚਾਹੇ ਡੈਮੋਕ੍ਰੇਟ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਇਸ ਇਸ਼ੂ ਤੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋ ਰਹੀ ਹੈ ਅਭੀ ਉਹ ਰਿਐਕਟ ਨਹੀਂ ਕਰ ਰਹੇ ਛੋਟੀ ਜੀ ਗੱਲ ਤੇ ਹੁੰਦੀ ਹੈ ਟਵੀਟ ਆਉਂਦਾ ਪ੍ਰੈਸ ਨੋਟ ਆਉਂਦਾ ਲੇਕਿਨ ਇਸ ਏਡੇ ਵੱਡੇ ਇਸ਼ੂ ਤੇ ਸਾਰਾ ਪੰਜਾਬ ਹੈ ਹੋਰ ਕੋਈ ਖਬਰ ਨਹੀਂ ਚੱਲ ਰਹੀ ਫਤਿਹਵੀਰ ਤੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਰਿਐਕਟ ਨਹੀਂ ਕੀਤਾ ਹਾਲੇ ਤੱਕ ਵੇਖੋ ਅਰਦਾਸ ਉਹ ਕਰ ਰਹੇ ਨੇ ਸਾਰੇ ਲੋਕ ਕੈਪਟਨ ਸਾਹਿਬ ਨੇ ਮੈਨੂੰ ਕਿਹਾ ਸਾਰਿਆਂ ਨੂੰ ਕਿਹਾ ਵੀ ਜੋ ਤੁਸੀਂ ਉਹਨਾਂ ਨੇ ਅਫਸਰਾਂ ਨੂੰ ਪ੍ਰਸ਼ਾਸਨ ਨੂੰ ਆਪ ਟੈਲੀਫੋਨ ਕੀਤੇ ਨੇ ਹੁਣ ਉਹ ਟੈਲੀਫੋਨ ਸਾਰਿਆਂ ਦੇ ਲੋਕਾਂ ਦੇ ਸਾਹਮਣੇ ਕਰ ਦੇਣ ਤਾਂ ਕੈਪਟਨ ਸਾਹਿਬ ਨੇ ਬਹੁਤ ਅੱਛਾ ਕੰਮ ਕੀਤਾ ਸਾਡੇ ਲੋਕ ਛੇਤੀ ਖੁਸ਼ ਹੋ ਜਾਂਦੇ ਆ ਛੇਤੀ ਨਾਰਾਜ਼ ਹੋ ਜਾਂਦੇ ਆ ਪਰ ਕੈਪਟਨ ਮਨਿੰਦਰ ਸਿੰਘ ਦੇ ਜੋ ਅੰਦਰ ਮਨ ਚ ਦਰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਮੈਨੂੰ ਕਿਹਾ ਉਹਨਾਂ ਨੇ ਵੀ ਪੂਰਨ ਤੌਰ ਤੇ ਉਥੇ ਅਫਸਰਾਂ ਨਾਲ ਤਾਲਮੇਲ ਰੱਖੋ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਬੱਚਾ ਫਤੇਦੀਪ ਜਲਦੀ ਜਲਦੀ ਬਾਹਰ ਜੋ ਵੀ ਆਪਣੀ ਪੰਜਾਬ ਸਿਕਲੋਂ ਉਹਨਾਂ ਨੂੰ ਲੋੜ ਹੈ ਉਹਨੂੰ ਮੁਹैया ਕੀਤੀ ਜਾਵੇ ਇਹ ਸਖਤ ਆਰਡਰ ਕੈਪਟਨ ਮਨਿੰਦਰ ਸਿੰਘ ਨੇ ਮਤਲਬ ਹਦਾਇਤ ਕੀਤੀ ਗਈ ਹੈ ਸੋਇਸ਼ਨ ਕੈਬਨਿਟ ਮਿਨਿਸਟਰ ਗੁਰਪ੍ਰੀਤ ਕਾਂਗੜ ਜਿਨਾਂ ਨੇ ਕਹਾ ਕਿ ਫਤਿਹਵੀਰ ਨੂੰ ਜੋ ਵੀ ਚਾਹੇ ਕਲੇਮਸ ਨੇ ਵੈਰੈਂਸੀ ਨਹੀਂ ਦੇਖ ਰਹੀ ਲੇਕਿਨ ਫਤਿਹਵੀਰ ਦੇ ਜਿਹੜਾ ਸਾਰਾ ਆਪਰੇਸ਼ਨ ਚੱਲ ਰਿਹਾ ਉਹਨੂੰ ਲੈ ਕੇ ਸਰਕਾਰ ਬਹੁਤ ਸੀਰੀਅਸ ਹੈ ਸੀਰੀਅਸ ਹੈ ਔਰ ਕੈਪਟਨ ਮਨਿੰਦਰ ਸਿੰਘ ਖੁਦ ਵਰਡ ਨੇ ਔਰ ਹੋਪ ਕਰਨਗੇ ਕਿ ਫਤਿਹਵੀਰ ਜਲਦੀ ਜਿਹੜਾ ਉਸ ਬੋਰਵੈਲ ਦੇ ਵਿੱਚੋਂ ਬਾਹਰ ਆਏ ਕੈਮਪਸ ਰਜਿੰਦਰ ਦੇ ਨਾਲ ਅਸੀਮ ਬੱਸੀ এবੀਪੀ ਸੰਜਾ ਚੰਡੀਗੜ੍ਹ